ਕਹਿੰਦਾ ਜੀ ਉਹਨਾਂ ਦੀ ਏਰੀਏ ਦਾ ਬੰਦਾ ਸੀ ਇੱਕ ਸੁੱਚਾ ਸੰਧੂ ਮੈਂ ਉਹ ਜਿਹੜਾ ਗਾਣਾ ਵੀ ਗਾਇਆ ਸੀ ਸਾਡੇ ਮਿਰਜੇ ਰਾਂਝੇ ਜੰਮਦੇ ਲਾੜੇ ਜੋੜੇ ਸੁੱਚੇ ਆਉਂਦੇ ਉਹਦੇ ਉਹਨਾਂ ਦੇ ਏਰੀਏ ਦੇ ਤਾਂ ਬੰਦੇ ਸਾਰੇ ਅਣਖੀ ਹੋਏ ਬਾਈ ਦੇ ਜਾਣ ਨਾਲ ਉਸ ਦਿਨ ਟਾਲੀਆਂ ਕਿੱਕਰਾਂ ਤੱਕ ਰੋ ਪਈਆਂ ਸੀ ਪੂਰੇ ਪਾਰਟ ਚ ਸਨਾਟਾ ਛਾ ਗਿਆ ਸਾਰੇ ਪਾਸੇ ਸੋਗ ਦਾ ਮਾਹੌਲ ਸੀ ਉਹਦੇ ਵਰਗਾ ਇੱਕੋ ਸੀ ਉਹਦੇ ਵਰਗਾ ਨਹੀਂ ਕੋਈ ਬਣ ਸਕਦਾ ਜਿਹੜੇ ਕਈ ਬੰਦੇ ਕਹਿੰਦੇ ਆ ਅੱਜ ਕੱਲ ਵੀ ਅਸੀਂ ਟੋਪ ਦੇ ਫਲਾਣਾ ਟੋਪ ਉਹਨੇ ਕਿਹਾ ਸੀ ਵੀ ਜਦੋਂ ਦੌਰ ਤਾਂ ਸੇਮ ਨਹੀਂ ਰਹਿੰਦੇ ਅੱਜ ਕਿਸੇ ਤਾਂ ਕੱਲ ਮੇਰਾ ਅੱਜ ਕੱਲ ਮੇਰੇ ਦੌਰ ਦਾ ਹੋਵੇ ਪਰ ਉਹ ਦੁਨੀਆਂ ਤੋਂ ਬੇਸ਼ੱਕ ਚਲਾ ਗਿਆ ਉਹਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਅੱਜ ਵੀ ਉਹ ਟੋਪ ਦੀ ਬੇਸ਼ੱਕ ਉਹ ਨਹੀਂ ਹੈ ਪਰ ਉਹ ਸਾਰਿਆਂ ਦੇ ਦਿਲ ਵਿੱਚ ਵਸ ਰਹੇ ਉਹਦੀ ਜਗ੍ਹਾ ਅੱਜ ਦੇ ਟਾਈਮ 'ਚ ਕੋਈ ਲੈ ਨਹੀਂ ਸਕਦਾ ਜਿੰਨੇ ਮਰਜ਼ੀ ਸਟਾਰ ਹੋਣ ਨਾਲ ਤੁਸੀਂ ਕਿਹਾ ਐਗਜਾਮਪਲ ਦਿੰਦਾ ਜਿਹੜੇ ਪਹਿਲਾਂ ਸਟਾਰ ਕਹਿੰਦੇ ਵੀ ਆਪਣੇ ਆਪ ਨੂੰ ਸਟਾਰ ਹੈ ਅਸੀਂ ਬਹੁਤ ਹਿੱਟ ਹੈ ਸਾਡੇ ਗਾਣੇ ਹਿੱਟ ਹੈ ਜਿੱਦਣ ਦਾ ਗਿਆ ਤੂੰ ਉੱਦਣ ਤੋਂ ਬਾਅਦ ਤੁਸੀਂ ਰਿਕਾਰਡ ਚੈੱਕ ਕਰ ਲਓ ਪਹਿਲਾਂ ਉਹਨਾਂ ਦੇ ਕਿੰਨੇ ਕਿੰਨੇ ਵਿਊ ਆਉਂਦੇ ਸੀ ਸਿੱਧੂ ਕਰਕੇ ਅਤੇ ਅੱਜ ਉਹਨਾਂ ਦੇ ਕਿੰਨੇ ਵਿਊ ਆ ਰਹੇ ਆ ਉਹਨੇ ਤਾਂ ਜੋ ਲਿਖਿਆ ਸੱਚੇ ਲਿਖਿਆ ਅਜੇ ਤੱਕ ਕਿ ਕੁੜੀ ਤੇ ਉਹਨੇ ਕਹਿੰਦੇ ਕੁੜੀ ਦੀ ਲੱਕ ਦੀ ਤਰੀਫ ਨਹੀਂ ਕਰੀ ਕਿਸੇ ਦੀ ਨੱਕ ਅੱਖ ਦੀ ਤਰੀਫ ਨਹੀਂ ਕਰੀ ਕਿਸੇ ਕਿਸੇ ਚੀਜ਼ ਦੀ ਹੋਰ ਨਹੀਂ ਕੀਤੀ ਸਾਰੇ ਜਿੰਨੇ ਗਾਣੇ ਗਾਏ ਉਹਨੇ ਅਣਖਾਂ ਦੇ ਗਾਣੇ ਗਾਏ ਆ ਕੋਈ ਉਹਦਾ ਇੱਕ ਗਾਣਾ ਕੱਢ ਕੇ ਦਿਖਾ ਦਿਓ ਹਾਂ ਵੀ ਕਿਸੇ ਦਾ ਕੋਈ ਲੱਕ ਮਿਲਦਾ ਕਿਸੇ ਦਾ ਕੋਈ ਹੁਣ ਕਈ ਬੰਦੇ ਹੁੰਦੇ ਨੇ ਵਿੱਚ ਉਹ ਕਹਿੰਦੇ ਹੁੰਦੇ ਵੀ ਮੱਛੀ ਪੱਥਰ ਚੱਟ ਕੇ ਮੁੜੀ ਹੋਈ ਹੈ ਸਾਰਾ ਖੇਡ ਖੜਾਈਆ ਕਰਕੇ ਗਾਣਿਆਂ 'ਚ ਭੈਣ ਦੇ ਸੱਪ ਵਾਂਗੂ ਵੇਲਦੇ ਰਹੇ ਤੁਸੀਂ ਪਰ ਕੁੜੀਆਂ ਦੇ ਕਰ ਇਹਦਾ ਉਹ ਗੱਲ ਹੋ ਗਈ ਸੌਟ ਹੋਏ ਕਰ ਕੇ ਬਿੱਲੀ ਖੱਚ ਨੂੰ ਚੱਲੀ ਸਾਰਾ ਕੁਝ ਕਰ ਕਰਾ ਕੇ ਬੰਦੇ ਬਿਰਮਾਨ ਬਣ ਜਾਂਦੇ ਵੀ ਸਾਡੇ ਵਰਗਾ ਕੋਈ ਚੰਗਾ ਨਹੀਂ ਉਹਨੇ ਜਿੰਨੇ ਵੀ ਫੈਸਲੇ ਲਏ ਅੱਜ ਤੱਕ ਆਪਣੀ ਦਾਮ 'ਤੇ ਲਏ ਆ ਚੱਲ ਜੋ ਰੱਬ ਨੂੰ ਮਨਜ਼ੂਰ ਸੀ ਜੇ ਉਹਦੇ ਨਾਲ ਆਹ ਕੰਮ ਹੋਇਆ ਵੀ ਉਹ ਚੀਜ਼ ਦਾ ਉਹਨੇ ਇਨਸਾਫ ਆਪੇ ਲੈ ਲੈਣਾ ਕੋਈ ਚੱਕਰ ਨਹੀਂ ਉਹ ਚੀਜ਼ ਦਾ ਇਨਸਾਫ ਲੈ ਲਈ ਉਹਨੂੰ ਕਦੇ ਹਾਰ ਪ੍ਰਾਪਤ ਹੋਈ ਨਹੀਂ ਉਹ ਤਾਂ ਲੋਕਾਂ ਨੇ ਪਿੱਠ ਦਿਖਾ ਦਿੱਤੀ ਵੋਟਾਂ 'ਚ ਉਹ ਤਾਂ ਕਰਕੇ ਥੋੜ੍ਹਾ ਜਿਹਾ ਸਾਰ ਦਾ ਸਾਹਮਣਾ ਕਰਨਾ ਪਿਆ ਉਹਦੇ ਵਿੱਚ ਵੀ ਕਈ ਬੰਦੇ ਨੇ ਖਰਾਬੀਆਂ ਕੀਤੀਆਂ ਜਿਹੜੇ ਨਾਲ ਸੀ ਉਹ ਪਿੱਛੇ ਪਿੱਠ ਲਗਾ ਗਏ ਬਾਕੀ ਦੁਨੀਆਂ ਵੀ ਹੁੰਦੀ ਹੈ ਵੀ ਸਵਾਦ ਲੈਣ ਵਾਲੀ ਉਹਨਾਂ ਨੇ ਇੱਥੇ ਵੀ ਹੈਗੇ ਕਈ ਬੰਦੇ ਜਾਣਦੇ ਆ ਤਾਂ ਵਿੱਚ ਯਾਰ ਦੋਸਤ ਵੀ ਵਿੱਚ ਕਈ ਉਹਨਾਂ ਨੇ ਵੀ ਇੱਦਾਂ ਦੇ ਕੀਤਾ ਕੰਮ ਪਹਿਲਾਂ ਬੰਦੇ ਦੇ ਪਹਿਲਾਂ ਗਾਣੇ ਸੁਣੀ ਤੂੰ ਜਦੋਂ ਉਹਨੇ ਪਤਾ ਲੱਗ ਗਿਆ ਨਾਲ ਵਿੱਚ ਖੜ ਗਿਆ ਅਤੇ ਨਾਲ ਲੱਗਦੀ ਬੰਦਿਆਂ ਨੇ ਅਨੁਭਵ ਰੁੱਕ ਦੱਬਤਾ ਅਤੇ ਮੁੜ ਕੇ ਜਦੋਂ ਹੋ ਗਿਆ ਆਹ ਕੰਮ ਹੋ ਗਿਆ ਵਿਚਾਰੇ ਨਾਲ ਮੁੜ ਕੇ ਉਹੀ ਬੰਦੇ ਆ ਕੇ ਕੋਟਾਂ ਪਾਉਂਦੇ ਫਿਰਦੇ ਆ ਗਾਣੇ ਲੈ ਕੇ ਗੱਡੀਆਂ 'ਚ ਭੰਗੜੇ ਪਾਉਂਦੇ ਫਿਰਦੇ ਆ ਟੋਲੀਆਂ ਪਾਉਂਦੇ ਫਿਰਦੇ ਕਦੇ ਕੁਛ ਕਰਦੇ ਉਹਦਾ ਕਹਿੰਦਾ ਹੁੰਦਾ ਸੀ ਵੀ ਅੱਜ ਦੇ ਟਾਈਮ 'ਚ ਸਾਈਕਲ ਦਾ ਸਟੈਂਡ ਹੁੰਦਾ ਬੰਦਿਆਂ ਦਾ ਸਟੈਂਡ ਬਣਾਉਣਾ ਬਹੁਤ ਔਖਾ ਉੱਥੇ ਕਈਆਂ ਗੱਲਾਂ ਇੱਕ ਠੋਕੇ ਗਈਆਂ ਨੇ ਵੀ ਸਾਈਕਲ ਦਾ ਵੀ ਸਟੈਂਡ ਹੁੰਦਾ ਅੱਜ ਦੇ ਟਾਈਮ 'ਚ ਕਿਸੇ ਬੰਦੇ ਦਾ ਸਟੈਂਡ ਹੈ ਜੀ ਬੰਦੇ ਦਾ ਸਟੈਂਡ ਚੱਕ ਕੇ ਕਦੇ ਅੱਜ ਮੈਂ ਤੇਰੇ ਜਾਣਾ ਕੱਲ ਨੂੰ ਕਦੇ ਹੋਰ ਨਾਲ ਆਇਆ ਸਟੈਂਡ ਚੱਕੀ ਵੱਜਦੀ ਤੁਸੀਂ ਜੇ ਉਹਨੇ ਕਾਂਗਰਸ 'ਚ ਵੀ ਪੜ੍ਹਿਆ ਵੀ ਹੈ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਜਿੰਨੀ ਮੈਨੂੰ ਸਮਝ ਜੇ ਉਹਨੇ ਕਾਂਗਰਸ ਦੇ ਵਿੱਚ ਜੁਆਇਨ ਕੀਤੀ ਵੀ ਉਹਨੇ ਕਾਂਗਰਸ 'ਚ ਜੁਆਇਨ ਕੀਤੀ ਸੀ ਉਹਨੇ ਨਾ ਤਾਂ ਫੋਟੋ ਲਾਈ ਉਹਨੇ ਕਹੀ ਦੀ ਗੱਲ ਇੱਕ ਇੰਟਰਵਿਊ ਦੇ ਵਿੱਚ ਵੀ ਚੱਕ ਬਾਬਾ ਤੇਰਾ ਹਿਸਾਬ ਤਾਂ ਹੋ ਗਿਆ ਪੂਰਾ ਵੀ ਹਾਂ ਮੇਰਾ ਇੰਨਾ ਪਿਆਰ ਸੀ ਉਹਨੇ ਉਹ ਕੰਮ ਤਾਂ ਕੀਤਾ ਸੀ ਉਹਨੇ ਕਹਿੰਦੇ ਵੀ ਹਾਂ ਜੇ ਮੇਰੀ ਫੋਟੋ ਹੋਣ ਜੇ ਮੈਂ ਕਾਂਗਰਸ ਖੜਾ ਫੋਟੋ ਤਾਂ ਅੱਜ ਵੀ ਲੱਗੀ ਅਟਰੈਕਟਿਵ ਉਹ ਬੰਦਾ ਬੋਲਣਾ ਤਾਂ ਨਹੀਂ ਸੀ ਉਹ
ਜਿਵੇਂ ਕਹਿੰਦੇ ਨਾ ਇੰਡਸਟਰੀ ਇੰਡਸਟਰੀ ਬੰਦਾ ਖੁਦ ਆਪ ਸੀ, ਇੰਡਸਟਰੀ ਇਕੱਲਾ ਹੀ ਇੰਡਸਟਰੀ ਸੀ। ਐਵੇਂ ਨਹੀਂ ਸੀ ਕਹਿੰਦਾ ਕੀਰਤਨ ਦੇ ਵਿੱਚ ਦੂਸਰੇ ਵਾਲਾ ਜੱਟ ਨਾਟ ਗਿਆ ਵਰਗਾ ਇਕੱਲਾ ਇੰਡਸਟਰੀ ਨੂੰ ਖਿੱਚੀ ਪੈਂਦਾ, ਕੋਈ ਇਕੱਲਾ ਬਾਅਦ ਉਹਨੇ ਕੰਮ ਕੀਤੇ ਸੀ ਕੁਛ ਏਦਾਂ ਦੇ, ਤਾਂ ਉਹ ਗੱਲਾਂ ਬਾਤਾਂ ਏਦਾਂ ਹੁੰਦੀਆਂ ਸੀ। ਐਵੇਂ ਨਹੀਂ ਸੀ ਗੱਲਾਂ ਬਾਤਾਂ। ਤੁਸੀਂ ਅੱਜ ਉਹ ਦੇਖ ਲਓ ਵੀ ਬੰਦਿਆਂ ਦੇ ਗਾਣੇ ਜਿਹੜੇ ਕਹਿੰਦੇ ਸੀ ਅਸੀਂ ਟਾਰਾਂ ਹਾਂ, ਮੂਸਟੇਪ ਐਲਬਮ ਪਾਈ ਉਹਦੇ ਵਿੱਚੋਂ ਤੁਸੀਂ ਉਹਨੇ ਕਿਹਾ ਸੀ ਵੀ ਮੇਰੀ ਐਲਬਮ ਸਦਾ ਵਾਸਤੇ ਉੱਥੇ ਰਹਿਣੀ ਹੈ ਚੈਨਲ 'ਤੇ, ਜਿਹਦੇ ਨਾਲ ਮਰਜ਼ੀ ਕੰਪੇਅਰ ਕਰਕੇ ਦੇਖ ਲਓ। ਦੁਨੀਆਂ ਕਰਦੀ ਰਹਿੰਦੀ ਹੈ ਨਾ ਕੰਪੇਅਰ, ਸਾਡਾ ਇੱਦਾਂ ਹੈ ਸਾਡਾ ਇੱਦਾਂ ਸਾਡਾ ਵਾਲਾ ਟੋਪ ਸੀ, ਜਿਹਦੇ ਨਾਲ ਮਰਜ਼ੀ ਜੋੜ ਕੇ ਦੇਖ ਲਓ ਤੁਸੀਂ ਅੱਜ ਦੇ ਟਾਈਮ 'ਚ ਵੀ ਕਿਹੜਾ ਕਿੱਥੇ ਸੀ। ਉਹ ਬੰਦੇ ਜਾਂ ਕਹਿ ਰਹੇ ਸੀ ਉਹ ਤਾਂ ਉੱਥੇ ਪਿੰਡ ਬੈਠਾ ਸੀ, ਆ ਜਿਹੜੇ ਉਹ ਕਹਿੰਦੀ ਸੀ ਟਾਰੇ ਤਾਂ ਕਦੇ ਕਿਤੇ ਬੈਠਾ ਕੋਈ ਕਿਤੇ ਬੈਠਾ ਲੋਕੀ। ਜੇ ਉਹਨੇ ਅਣਖ ਵਾਲੇ ਗਾਣੇ ਗਾਏ ਆ ਪਹਿਲੀ ਗੱਲ ਉਹਨੇ ਉਦਾਂ ਦਾ ਕੰਮ ਕੀਤਾ, ਉਹ ਹੈ ਅਣਖੀ ਬੰਦਾ ਸੀ ਸੂਰਮਾ ਸੀ, ਉਹ ਕਹਿੰਦਾ ਸੀ ਉਹਨਾਂ ਦੇ ਏਰੀਏ ਦਾ ਬੰਦਾ ਸੀ ਇੱਕ ਸੁੱਚਾ ਸੁੱਚਾ ਸੂਰਮਾ, ਉਹ ਜਿਹੜਾ ਗਾਣਾ ਵੀ ਗਾਇਆ ਸੀ ਉਹਨੇ ਸਾਡੇ ਮਿਰਜੇ ਰਾਂਝੇ ਜੰਮਦੇ ਲਾਣੇ ਜੋੜੇ ਸੁੱਚਿਆਂ ਨੇ, ਉਹਦੇ ਉਹਨਾਂ ਦੇ ਏਰੀਏ ਦੇ ਬੰਦੇ ਸਾਰੇ ਅਣਖੀ ਹੋ ਗਏ, ਅਣਖ ਤਾਂ ਉਹਦੇ ਕੁੱਟ ਖੁੱਟ ਗੈਤ ਭਰੀ ਹੋਈ ਸੀ ਪਹਿਲੇ। ਇਹ ਥੋੜ੍ਹੀ ਜਿਹੀ ਵੀ ਹਾਂ ਵੀ ਇੱਕ ਬਦਮਾਸ਼ੀ ਦੇ ਗਾਣੇ ਗਾਉਂਦਾ ਅਲਾ ਅਲਾ ਕਰਕੇ ਥਾਪੀ ਮਾਰ ਕੇ ਭੱਜ ਜਾਂਦਾ। ਉਹਨੇ ਕਿਹਾ ਸੀ ਵੀ ਜਦੋਂ ਕੋਈ ਏਦਾਂ ਦਾ ਕੰਮ ਹੋਊਗਾ ਦੇਖੀ ਜਾਊਗੀ, ਉਹ ਪਰਮਾਤਮਾ ਆਵੇ ਦੇਖ ਲੂਗਾ ਜੋ ਹੋਊਗਾ, ਜਿੱਦਣ ਜਾਣਾ ਹੋਊਗਾ ਚਲੇ ਜਾਵਾਂਗੇ। ਉਹ ਕਹਿੰਦੇ ਰਿਪੋਰਟਰ ਨੇ ਗੱਲ ਕੀਤੀ ਸੀ ਬਾਈ ਨੂੰ, ਕਹਿੰਦਾ ਆ ਵੋਟਾਂ ਹੀ ਖੜਦੇ ਮੁੱਲਾ ਤਾਂ ਹੁਣ ਵੀ ਉੱਦਾਂ ਦਾ ਕਦੇ ਤੁਸੀਂ ਹਾਰ ਮੰਨੀ ਨਹੀਂ ਵੀ ਹੁਣ ਤੁਹਾਨੂੰ ਪੁੱਠੀ ਕੈਂਚੀ ਲੱਗੂ। ਉਹਨੂੰ ਵੀ ਇੱਕੋ ਗੱਲ ਕਹੀ ਸੀ ਕਹਿੰਦਾ ਜਿੱਦਣ ਪੁੱਠੀ ਕੈਂਚੀ ਲਾਉਣ ਵਾਲਾ ਨਾ ਤਾਂ ਕੋਈ ਜੰਮੇ ਨਾ ਕੋਈ ਜੰਮਣਾ, ਜਿੱਦਣ ਲੱਗਣੀ ਕਹਿੰਦਾ ਧੋਰਾੜੀ ਉਹ ਲੱਗਣੀ। ਉਹ ਬੰਦਾ ਰੱਬੀ ਲੂ ਸੀ, ਉਹਨੂੰ ਪਤਾ ਸੀ ਸਾਰਾ ਕੁਝ ਵੀ ਕੀ ਹੋਣਾ ਕੀ। ਆਹ ਲਾਸਟ ਰਾਈਡ ਵੀ ਗਾਣਾ ਕੱਢਿਆ, ਉਹ 'ਚ ਕਿੱਡੀ ਕਿੱਡੇ ਕਿੱਡੇ ਤਗੜੇ ਬੋਲ ਪਾਏ, ਬੇਬਾਕ ਬੋਡੀ ਲੈਂਗੁਏਜ ਮਿੱਠੀ ਜੀ ਗੀਤਾਂ ਵਿੱਚ, ਐਵੇਂ ਨਹੀਂ ਸੱਚ ਬੋਲਦਾ, ਐਵੇਂ ਨਹੀਂ ਦੁਨੀਆਂ ਖਿਲਾਫ ਬੋਲਦੀ, ਲੋੜ ਤੋਂ ਜ਼ਿਆਦਾ ਬੋਲਦਾ ਸੱਚ ਬੋਲਦਾ। ਕੰਮ ਉਹਨਾਂ ਨੇ ਕੀਤੇ ਸੀ, ਕੰਮ ਉਹਨਾਂ ਨੇ ਕੀਤੇ ਸੀ ਤਾਂ ਅੱਜ ਵੀ ਟੋਪ 'ਤੇ ਹੈ। ਉਹਦੀ ਜਗ੍ਹਾ ਤਾਂ ਨਾ ਤਾਂ ਕੋਈ ਲੈ ਸਕਦਾ ਨਾ ਕੋਈ ਲੈਣੀ ਦੇ। SYL ਵਰਗਾ ਗਾਣਾ ਕੋਈ ਨਾ ਤਾਂ ਅੱਜ ਤੱਕ ਕਿਸੇ ਨੇ ਲਿਖਿਆ ਅਤੇ ਨਾ ਲਿਖ ਸਕਦਾ। ਜਿੱਡੀ ਉਹਦੀ ਤਕੜੀ ਸੋਚ ਸੀ, ਉਹ ਇੰਟੈਲੀਜੈਂਟ ਜਿਹੜੀਆਂ ਏਜੰਸੀਆਂ ਆਪਣੀਆਂ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਬੰਦੇ ਦੀ ਕੀ ਸੋਚ ਹੈ ਅਤੇ ਕੀ ਕਰ ਸਕਦਾ, ਪੂਰਾ ਤਖ਼ਤਾ ਹੀ ਪਲਟਾ ਸਕਦਾ ਹੁੰਦਾ। ਤਖ਼ਤਾ ਪਲਟਾਇਆ ਵੀ ਸੀ ਉਹਨੇ, ਇੱਦਾਂ ਦੇ ਗਾਣੇ ਸੀ ਤਖ਼ਤਾ ਪਲਟਾਇਆ। ਤੇਰੇ ਬੰਬੇ ਬੁੰਬੇ ਵਾਲੇ ਮਿੱਠੀ ਜਿੰਨਾ ਮੂਸੇ ਵੱਡੇ ਬੋਲਣਾ ਤੇ ਧੱਕਾ ਦੇ ਕੇ ਸੈਡ ਕੋਈ ਗੱਲ ਨਹੀਂ, ਸਿੱਧੂ ਮੂਸੇ ਵਾਲਾ ਕੋਈ ਗੱਲ ਨਹੀਂ, ਚੰਗਾ ਬੱਚੀ ਇਹ ਹੁੰਦੀ ਮਿੱਠੀ ਰਹਿ ਜਾਣਾ ਚਾਹੀਦਾ ਤੇ ਰਹਿ ਜਾਣਾ। ਐਵੇਂ ਇਹਦੀ ਗੱਲਾਂ ਬਾਤਾਂ ਹੁੰਦੀਆਂ। ਜੇ ਆਇਆ ਟਰੈਂਟੋ ਤੋਂ ਛੱਡ ਕੇ ਆਇਆ ਨਾ ਉੱਥੇ ਯਾਰ ਸੀ ਪਿੰਡ ਦਾ ਮੇਲੇ ਵਰਗਾ ਮਾਹੌਲ ਸੀ, ਜਿੱਦਣ ਪਹਿਲੇ ਦਿਨ ਆ ਜਾਏ ਮੋਕੀ ਠੋਕੀ ਹੋਈ ਸੀ ਪੂਰੀ। ਜੇ ਚਾਰ ਪੰਜ ਸਾਲ ਹੋਰ ਕਰ ਰਹਿ ਜਾਂਦਾ ਨਾ ਜਿੰਨੇ ਵੀ ਸਿੰਗਰ ਅੱਜ ਪੰਜਾਬ ਬੱਸ ਸਟੈਂਡ ਤੇ ਖੜ ਕੇ ਇਹਨਾਂ ਨੇ ਮਰੂਡੇ ਵਿੱਚ ਕਹਿੰਦੇ ਸੀ ਕਦੇ ਕਿਤੇ ਕਦੇ ਕਿਤੇ ਆ ਗਏ ਮੋੜੀ ਸੀ ਇੱਥੇ ਐਵੇਂ ਨਹੀਂ ਮਰਾ ਤਾਂ ਇਕੱਲੇ ਸਿੰਗਰਾਂ ਦਾ ਜਾਂ ਕਿਸੇ ਹੋਰ ਦਾ ਹੱਥ ਨਹੀਂ, ਸਾਰੇ ਬਹੁਤ ਤਕੜੀ ਸਾਜ਼ਿਸ਼ ਚੱਲੀ ਇਹਦੇ ਪਿੱਛੇ। ਇੰਟੈਲੀਜੈਂਸ ਏਜੰਸੀਆਂ ਹੋਰ ਬੰਦੇ ਉਹਨਾਂ ਨੂੰ ਪਤਾ ਸੀ ਵੀ SYL ਵਰਗਾ ਗਾਣਾ ਕੱਢਤਾ, ਉਹਦੇ ਜਿਹੜੇ ਲਾਸਟ ਬੋਲ ਸੀ ਲਾਸਟ ਇੰਟਰਵਿਊ ਕੀਤੀ ਹੈ ਬਾਈ ਨੇ ਉਹਦੇ ਵਿੱਚ ਤੁਸੀਂ ਦੇਖ ਲਿਓ ਉਹਦੀ ਸੋਚ ਕਿੰਨੀ ਬਦਲ ਚੁੱਕੀ ਸੀ। ਉਹ 84 ਬਾਰੇ ਗੱਲਾਂ ਹੋਰ ਜਿਹੜੀ ਪਤਾ ਲੱਗਦਾ ਸੀ ਬੰਦੇ ਦੀ ਵੀ ਕੁਛ ਨਾ ਕੁਛ ਬਹੁਤ ਫਰਕ ਪੈ ਗਿਆ ਜਦੋਂ ਉਹਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ।
ਸੋਚ ਬਹੁਤ ਉਹਦੀ ਬਾਈ ਦੀ ਬਦਲ ਗਈ। ਕਈ ਕਹਿ ਦਿੰਦੇ ਏਦਾਂ ਸੀ ਏਦਾਂ ਸੀ ਘਰ ਆ ਸੀ ਥਾਪੀਆਂ ਮਾਰਦਾ ਥਾਪੀਆਂ ਅਗਲੇ ਤੱਕ ਸਟਾਈਲ ਸੀ ਯਾਰ ਕੋਈ ਹੁਣ ਬੰਦੇ ਡੋਂਕੇ ਲਾਉਂਦੇ ਕਈ ਕੁਛ ਕਰਦੇ ਕਈ ਕੁਛ ਕਰਦੇ। ਹੁਣ ਇੱਕ ਬੰਦਾ ਵੀ ਤੁਹਾਨੂੰ ਮੈਂ ਗੱਲ ਦੱਸਦਾ ਜਦੋਂ ਕਿਸਾਨੀ ਧਰਨਾ ਹੋਇਆ ਬੰਦਾ ਸੀ ਐਦਾ ਆਪਣੇ ਨਾਲੇ ਹੁੰਦਾ ਸੀ ਉਹ ਕਹਿੰਦਾ ਯਾਰ ਮੋਦੀ ਨੇ ਕਹਿੰਦਾ ਸਹੀ ਕੰਮ ਕੀਤਾ ਹੋਇਆ ਕਹਿੰਦਾ ਐਵੇਂ ਕਹਿੰਦਾ ਯਾਰ ਸਾਰੀ ਦੁਨੀਆਂ ਪੰਜਾਬ ਇਕੱਠਾ ਉੱਥੇ ਬੈਠਾ ਕਹਿੰਦਾ ਪਹਿਲਾਂ ਦੇਸ਼ ਤਾਂ ਲੈਣਾ ਚਾਹੀਦਾ ਕੀ ਹੈ। ਉਹ ਕਹਿੰਦੇ ਨਹੀਂ ਹੁੰਦੇ ਕਈ ਵਾਰੀ ਬੰਦੇ ਤੋਂ ਚੁੱਭ ਨੂੰ ਬੋਲ ਕਹਿ ਬਣਦੇ ਅਤੇ ਬੰਦੇ ਦੇ ਵੱਜਦੇ ਸਿੱਧੇ ਜਾ ਕੇ ਫਿਰ ਟਿਕਾਣੇ 'ਤੇ ਉਹ ਪਰ ਥੋੜ੍ਹਾ ਟਾਈਮ ਦੁੱਖ ਲੱਗਦਾ ਉਹ ਬਾਅਦ 'ਚ ਬੰਦਾ ਸੋਚਦਾ ਵੀ ਹਾਂ ਸਹੀ ਸੀ ਕਿਤੇ ਨਾ ਕਿਤੇ ਬੰਦਾ। ਉਹਨੂੰ ਮੈਂ ਇੱਕੋ ਗੱਲ ਕਹੀ ਮੈਂ ਕਿਹਾ ਦੇਖ ਹਰ ਮੈਂ ਕਿਹਾ ਉੱਦਾਂ ਡੈਡੀ ਨਹੀਂ ਬਣਾਈਦਾ ਹਰ ਇੱਕ ਨੂੰ ਮੈਂ ਕਿਹਾ ਇਹ ਨਹੀਂ ਹੈਗਾ ਵੀ ਹਾਂ ਚੱਲ ਤੁਹਾਡੀ ਉਹਦੇ ਕੈਟਾਗਰੀ ਦਾ ਜਾਂ ਕੁਛ ਵੀ ਹੈ ਵੀ ਹਾਂ ਬੰਦਾ ਸਹੀ ਹੈ ਜ਼ਰੂਰੀ ਨਹੀਂ ਹੁੰਦਾ ਉਹ ਚੀਜ਼ ਵੀ ਇਹ ਨਹੀਂ ਹੈ ਵੀ ਹਾਂ ਸਾਡੇ ਉਹਦਾ ਵੀ ਹਾਂ ਵੀ ਬੰਦਾ ਸਹੀ ਉਹ ਸਹੀ ਹੈ ਜਿਹੜਾ ਗਲਤ ਆ ਉਹ ਗਲਤ ਉਹ ਸਹੀ ਨੂੰ ਸਹੀ। ਕਈ ਵਾਰੀ ਘਰ ਦੇ ਵੀ ਆਪਣੇ ਗਲਤ ਹੁੰਦੇ ਬੰਦਾ ਉਹਨਾਂ ਨੂੰ ਛੋਟਾ ਸਿੱਖਿਆ ਦੇ ਦਿੰਦਾ ਜ਼ਰੂਰੀ ਨਹੀਂ ਹੁੰਦਾ ਉਹ ਵੱਡੇ ਆ ਹਮੇਸ਼ਾ ਸਹੀ ਹੁੰਦੇ ਕੋਈ ਕਿਤੇ ਨਾ ਕਿਤੇ ਛੋਟੇ ਵੀ ਕਈ ਵਾਰ ਗੱਲ ਵਧੀਆ ਬਹੁਤ ਕਰ ਦਿੰਦੇ ਉਹ ਮੁੜ ਕੇ ਉਹਨੂੰ ਸਮਝ ਆਈ ਮੈਂ ਕਿਹਾ ਦੇਖ ਇੰਨੀ ਦੁਨੀਆ ਉੱਥੇ ਬੈਠੀ ਜਾ ਕੇ ਉਹ ਇਕੱਲਾ ਇੱਕ ਸਹੀ ਹੋ ਗਿਆ ਅਤੇ ਉਹ ਬਾਕੀ ਦੇ ਹੋ ਗਿਆ ਉਹਨੂੰ ਫੇਰ ਹੌਲੀ ਹੌਲੀ ਸਮਝ ਆਈ ਹਾਂ ਕਹਿੰਦਾ ਠੀਕ ਹੈ ਭਾਈ। ਗੱਲ ਇਹ ਹੈ ਕਿ ਇਹ ਨਹੀਂ ਹੁੰਦਾ ਹੈ ਕਿ ਹਾਂ ਵੀ ਉੱਦਾਂ ਹੀ ਹਵਾ 'ਚ ਤੀਰ ਮਾਰੇ ਜੇ ਉਹਨੇ ਹਵਾ 'ਚ ਬੰਦੇ ਨੇ ਕਦੇ ਤੀਰ ਮਾਰਿਆ ਨਹੀਂ ਜਿੰਨੇ ਉਹਨੇ ਕੰਮ ਕੀਤੇ ਉਹਨੇ ਆਪਣੇ ਦਮ 'ਤੇ ਕੀਤੇ ਉਹਨੇ ਕਿਸੇ ਦੀ ਗੁਲਾਮੀ ਨਾ ਕੀਤੀ ਹੈ ਨਾ ਕਹਿੰਦਾ ਕਰ ਲਈ ਹੈ ਕਈ ਸਿੰਗਰ ਵੀ ਆ ਹੋਰ ਕਿਹੜਾ ਜਾਂਦਾ ਉੱਥੇ ਪਿੰਡਾਂ 'ਚ ਮੂਸੇ ਪਹਿਲਾਂ ਤਾਂ ਬਥੇਰੇ ਭੱਜੇ ਫਿਰਦੇ ਹੁੰਦੇ ਕਦੇ ਆਏ ਆ ਹਾਂ ਹਾਂ ਬਾਈ ਸਿੱਧੂ ਸਿੱਧੂ ਇੱਦਾਂ ਗਾਣੇ ਕਰਾਉਣੇ ਹੁੰਦੇ ਉਹਨਾਂ ਵਿੱਚ ਫੀਚਰਿੰਗ ਕਰਨੀ ਹੁੰਦੀ ਕੁੱਤੇ ਦਾ ਮਾਂਗ ਉਹਦੇ ਪਿੱਛੇ ਪੁੱਛਾ ਲਾਉਂਦੇ ਫਿਰਦੇ ਹੁੰਦੇ ਅੱਜ ਕਿਹੜਾ ਉੱਥੇ ਹੁੰਦਾ ਕੋਈ ਲੱਭਦਾ ਕੋਈ ਚੁਣਦਾ ਬੰਦੇ ਰਹਿ ਗਏ ਹੋਣੇ ਗਿਣਵੇਂ ਚੁਣਵੇਂ ਬਸ ਉਹ ਉੱਥੇ ਵਿਚਾਰੇ ਆਉਂਦੇ ਆ ਨਾਲ ਬਾਕੀ ਜਿਹੜੇ ਕੌਲੀ ਚੱਟ ਸੀ ਉਹ ਜਿਹਦਾ ਨਾਂ ਦਾ ਮਤਲਬ ਹੀ ਸੀ ਉਹ ਲੰਘ ਗਏ ਉਹ ਵੀ ਪਾਸੇ ਉਹੀ ਆ ਕੌਲੀ ਚੱਟ ਹੁੰਦੇ ਜਿਹੜੇ ਉਹ ਥੋੜ੍ਹਾ ਚਿਰ ਹੁੰਦੀ ਜਾ ਰਹੀ ਉਹਨਾਂ ਦੀ ਧੁੱਤ ਹੁੰਦੀ ਜਦੋਂ ਪੈਦਾ ਨਿਕਲ ਜਾਂਦਾ ਅਗਲੇ ਆਸਾ ਵੱਟ ਲੈਂਦੇ ਆ ਆਪਣਾ ਕੀ ਆ ਬਾਈ ਦੀ ਤਾਂ ਗੱਲਬਾਤ ਹੋਰ ਸੀ ਉਹਦੀ ਉਹਨੇ ਤਾਂ ਜੋ ਕੀਤਾ ਕਿਹਾ ਹੈਗਾ ਕੰਮ ਉਹ ਕੀਤਾ ਉਹਦੇ ਵਰਗਾ ਤਾਂ ਬਸ ਇਹੀ ਹੈ ਉਹਦੇ ਵਰਗਾ ਨਾਲ ਦਾ ਕੋਈ ਪੜ ਸਕਦਾ ਨਾ ਕੋਈ ਬਣ ਕਿਸੇ ਕਿਸੇ ਬੰਦੇ ਨੂੰ ਪੰਜਾਬ ਦੇ ਵਿੱਚ ਬਿੱਲ ਬੋਰਡ ਦਾ ਤੱਕ ਨਹੀਂ ਸੀ ਪਤਾ ਹੁੰਦਾ ਬਿੱਲ ਬੋਰਡ ਦਾ ਬਿੱਲ ਬੋਰਡ ਬਾਰੇ ਉਹਨੇ ਦੱਸਿਆ ਗਲੋਬਲਾਂ ਗਲੋਬਲਾਂ ਦਾ ਪਤਾ ਨਹੀਂ ਹੁੰਦਾ ਬਿੱਲ ਬੋਰਡ ਦਾ ਹੁਣ ਪਤਾ ਲੱਗਾ ਮੈਂ ਸੀ ਜਿਹੜੇ ਕਹਿੰਦੇ ਸਾਡੇ ਵਾਲੇ ਟਾਰ ਆ ਸਾਡੇ ਵਾਲੇ ਟਾਰ ਪੰਜਾਬ 'ਚ ਉਹਨਾਂ ਨੂੰ ਜਾਣਦੇ ਅੱਗੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਅੱਗੇ ਕਿਹੜਾ ਪੁੱਛਦਾ ਜੇ ਬਾਹਰ ਵੀ ਕੋਈ ਰਹਿੰਦਾ ਪੰਜਾਬੀ ਨੂੰ ਜਾਣਦਾ ਇਹ ਨਹੀਂ ਹੁੰਦਾ ਬੰਦਾ ਕੋਈ ਏਰੀਏ ਦਾ ਕੋਈ ਕਿਤੇ ਦਾ ਜ਼ਰੂਰੀ ਨਹੀਂ ਹੁੰਦਾ ਉਹ ਸਹੀ ਹੋਵੇ ਉਹਦੀਆਂ ਵੀ ਗਲਤੀਆਂ ਹੁੰਦੀਆਂ ਜਿਹੜਾ ਸਹੀ ਹੈ ਉਹਨੂੰ ਸਹੀ ਕਹੋ ਜਿਹੜਾ ਗਲਤ ਹੈ ਗਲਤ ਹੁਣ ਬੰਦੇ ਕਹਿ ਦਿੰਦੇ ਕਹੀਏ ਤਾਂ ਸਾਡੇ ਏਰੀਏ ਦਾ ਹੀ ਏਦਾਂ ਉੱਦਾਂ ਜਿਹੜਾ ਸਹੀ ਹੈ ਸਹੀ ਹੈ ਜਿਹੜਾ ਗਲਤ ਹੈ ਗਲਤ ਦੌਰ 'ਤੇ ਕਹਿੰਦੇ ਮੌਸਮ ਕਹਿੰਦੇ ਕਦੇ ਸਦਾ ਨਹੀਂ ਰਹਿੰਦੇ ਦੌਰ ਵੀ ਅੱਗੇ ਚਲੇ ਜਾਂਦਾ ਮੌਸਮ ਵੀ ਅੱਜ ਹੈਗਾ ਅੱਜ ਕੁਛ ਹੈਗਾ ਕੱਲ੍ਹ ਨੂੰ ਕੁਛ ਹੋਰ ਪਰ ਜਿਹੜਾ ਉਹਦਾ ਦੌਰ ਸੀ ਉਹਦਾ ਦੌਰ ਤਾਂ ਉਹ ਇੱਦਾਂ ਦਾ ਲੈ ਕੇ ਆਏ ਉਹ ਸਾਰਿਆਂ ਨੂੰ ਖਿੱਚ ਕੇ ਹੀ ਲੈ ਗਏ ਧੂ ਕੇ ਲੈ ਗਏ ਸਾਰੇ ਹੱਥ ਮਲਦੇ ਬੈਠੇ ਹੁਣ ਹੱਥ ਮਲਦੇ ਬਣ ਚੁੱਕੇ ਰਹਿ ਗਏ ਬਸ ਅੱਜ ਵੀ ਉਹ ਬੇਸ਼ੱਕ ਸਰੀਰਕ ਤੌਰ 'ਤੇ ਵਿੱਚ ਹੈ ਨਹੀਂ ਆਪਣੇ ਅੱਜ ਵੀ ਪਰ ਉਹਨੇ ਕੋਈ ਕੱਚ ਨਹੀਂ ਛੱਡੀ ਹੋਈ ਅੱਜ ਵੀ ਧੁੱਕੀ ਪੀਲੀ ਪਈ ਹੈ ਸਾਰੇ ਦੇਖ ਲਓ ਤੁਸੀਂ ਪਹਿਲਾਂ ਦੇ ਮੁਕਾਬਲੇ 'ਚ ਜੋੜ ਕੇ ਦੇਖ ਲਓ ਵੀ
ਪਹਿਲਾਂ ਇਹਨਾਂ ਦੇ ਕਿੰਨੇ ਵੀ ਆਉਂਦੇ ਤੇ ਹੁਣ ਦੇ ਜਦੋਂ ਕਹਿੰਦੇ ਉਹਦੇ ਵਰਗਾ ਨੀ ਕੋਈ ਇੱਕੋ ਸੀ ਤਰੱਕੀ ਜਿਹਦੀ ਗੈਰੀ ਬਣਦੀ ਮਰਦ ਮਸ਼ੂਕਾ ਵਾਂਗੂ ਮੌਤ ਡੀਕਦਾ ਖੋਲੇ ਕਦੋਂ ਖੜਕਾ ਉਧਰ ਬਾਜਾ ਮਿੱਠੀਏ ਮੇਰੀ ਸੀ ਕਹਿੰਦਾ ਮਰਦ ਮਸ਼ੂਕਾ ਵਾਂਗੂ ਮੌਤ ਡੀਕਦਾ ਖੋਲੇ ਕਦੋਂ ਖੜਕਾ ਉਧਰ ਬਾਜਾ ਮਿੱਠੀਏ ਜੂਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਪਤਾ ਸੀ ਮੇਰੇ ਇੱਕ ਨਾ ਇੱਕ ਦਿਨ ਇਹ ਗੇਮ ਹੋਣੀ ਉਹ ਕਦੇ ਡਰ ਕੇ ਨਹੀਂ ਜਾਂਦੀ ਪਤਾ ਸੀ ਇਹ ਚੀਜ਼ ਹੋਊਗੀ ਅੱਜ ਉਹ ਬਾਤ ਨੂੰ ਫੋਲੋ ਕਰਦਾ ਸੀ ਉਹਦੇ ਪਿੱਛੇ ਵੀ ਉਹ ਵੀ ਹੈਗੀ ਸਟੋਰੀ ਉਹ ਵੀ ਬਹੁਤ ਡੂੰਘੀ ਉਹਨੂੰ ਆਈਡਲ ਮੰਨਦਾ ਸੀ ਉਹੀ ਚੀਜ਼ ਉਹਦੇ ਉਹਦੇ ਵਾਂਗ ਹੀ ਹੋਈ ਆ ਉਹ ਚੀਜ਼ ਜਿਹੜੀ ਚੀਜ਼ ਮਰਜ਼ੀ ਲਾ ਕੇ ਦੇਖ ਲਓ ਜਿਹੜੀ ਉਹਨੇ ਗੱਲ ਕਹੀ ਹੈ ਉਹ ਸਾਰੀਆਂ ਸਾਰੀਆਂ ਚੀਜ਼ਾਂ ਉਹਦੇ ਨਾਲ ਹੋ ਗਈਆਂ ਜਿਹੜੀ ਮਰਜ਼ੀ ਚੀਜ਼ ਸਵੀਕਾਰ ਕਰਨੀ ਚਾਹੀਦੀ ਚੀਜ਼ ਵੀ ਹਾਂ ਵੀ ਕੋਈ ਨੀ ਯਾਰ ਇਹਨਾਂ ਦਾ ਹੁਣ ਟਾਈਮ ਲੰਘ ਗਿਆ ਕਹਿੰਦੇ ਹੁੰਦੇ ਜਿੱਦਾਂ ਪੱਤਝੜ ਆਉਂਦੀ ਹੈ ਜਾਂ ਕੁਛ ਹੋਰ ਚੇਂਜ ਹੋ ਜਾਂਦਾ ਕੰਮ ਉਹ ਚੀਜ਼ ਸਵੀਕਾਰ ਕਰਨੀ ਚਾਹੀਦੀ ਹੈ ਬੰਦੇ ਕਰਦੇ ਨੇ ਬੰਦੇ ਚਾਹੁੰਦੇ ਵੀ ਹਾਂ ਇਹ ਉਹ ਇਹੀ ਹੋ ਗਈ ਰਹੇ ਇਹ ਚੀਜ਼ ਹੁੰਦੀ ਨਹੀਂ ਕਦੇ ਇਹ ਚੀਜ਼ ਕਦੇ ਨਹੀਂ ਇਹ ਤਾਂ ਜਿਹਦਾ ਕੁਛ ਆਉਣਾ ਦੌਰ ਵੀ ਆਉਣਾ ਜਾਂ ਜਿਹਦੀ ਲਿਖਤ ਜਿੱਦਾਂ ਆ ਜਾਂ ਕੁਛ ਵੀ ਤਾਂ ਉਹ ਜਦੋਂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਿਹਰ ਹੋਣੀ ਹੈ ਉਦੋਂ ਹੀ ਮਰ ਦਿੰਦੀਆਂ ਸਾਰੀਆਂ ਕੀ ਪਤਾ ਲੱਗਦਾ ਬਸ ਆਪਣੀ ਅੱਜ ਦੀ ਵੀਡੀਓ ਇਹੀ ਸੀ ਟੌਪਿਕ ਆਪਾਂ ਗੱਲਾਂ ਕੁਝ ਸ਼ੇਅਰ ਕਰਨੀਆਂ ਚਾਹੁੰਦੇ ਮੇਰੇ ਦਿਲ ਦੇ ਵਿੱਚ ਵੀ ਮੈਂ ਗੱਲਾਂ ਬਾਤਾਂ ਕਰਾਂ ਸਾਰਿਆਂ ਨਾਲ ਸ਼ੇਅਰ ਵੀ ਪਾਵਾਂ ਹੁਣ ਆਪਾਂ ਲਿਖ ਕੇ ਤਾਂ ਪਾਈ ਜਾਈਏ ਹੁਣ ਇਕੱਲੀ ਇਕੱਲੀ ਗੱਲ ਉਹਦਾ ਮੈਂ ਸਵਾਦ ਨਹੀਂ ਹੁੰਦਾ ਚੈਨਲ ਨੂੰ ਆਪਣੇ ਨੂੰ ਸਪੋਰਟ ਕਰੋ ਬਸ ਆਉਣ ਵਾਲੇ ਟਾਈਮ 'ਚ ਕਰਾਂਗੇ ਕੋਸ਼ਿਸ਼ ਕੋਈ ਵਧੀਆ ਵਧੀਆ ਚੀਜ਼ਾਂ ਲੈ ਕੇ ਆਈਏ ਅਤੇ ਹੋਰ ਘੈਂਟ ਘੈਂਟ ਕੋਈ ਵਧੀਆ ਕੋਈ ਕਿਸੇ ਕੋਨਸੈਪਟ 'ਤੇ ਜਾਂ ਕੋਈ ਵੀਡੀਓ ਪਾਈਏ ਬਲੌਗ ਨੂੰ